ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ। ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਹਿਮਾਂਸ਼ੀ ਖੁਰਾਨਾ ਇੱਕ ਪੰਜਾਬੀ ਮਾਡਲ, ਐਕਟਰੈਸ ਅਤੇ ਸਿੰਗਰ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਹਿਮਾਂਸ਼ੀ ਦੀਆਂ ਕਾਫੀ ਕੰਟਰੋਵਰਸੀਜ਼ ਵੀ ਰਹੀਆਂ ਨੇ ਔਰ ਹਾਲ ਹੀ ਦੇ ਵਿੱਚ ਹਿਮਾਂਸ਼ੀ ਖੁਰਾਨਾ ਨੂੰ ਇੱਕ ਬੰਦੇ ਨੇ ਅਜਿਹਾ ਕਮੈਂਟ ਕੀਤਾ ਜਿਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਕੀ ਸੀਗਾ ਉਹ ਕਮੈਂਟ, ਕੀ ਸੀਗਾ ਜਵਾਬ, ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਸ ਨਾਲ ਰਾਬਤਾ ਬਣਾਈ ਰੱਖਦੀ ਹੈ। ਦੂਜੇ ਪਾਸੇ ਹਿਮਾਂਸ਼ੀ ਟ੍ਰੋਲਰਸ ਨੂੰ ਵੀ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੀ ਹੈ। ਹਾਲ ਹੀ ਵਿੱਚ ਹਿਮਾਂਸ਼ੀ ਨੇ ਇੰਸਟਾਗ੍ਰਾਮ ਤੇ ਇੱਕ ਯੂਜ਼ਰ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਦਰਅਸਲ ਰਣਜੀਤ ਬਾਵਾ ਨਾਲ ਹਿਮਾਂਸ਼ੀ ਖੁਰਾਨਾ ਦਾ ਨਵਾਂ ਗਾਣਾ ਅੱਧੀ ਰਾਤ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੈ ਕੇ ਇੱਕ ਪੋਸਟ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤੀ। ਇਸ ਪੋਸਟ ਤੇ ਇੱਕ ਯੂਜ਼ਰ ਨੇ ਲਿਖਿਆ, ਆਹ ਬੀਬਾ ਵੀ ਟੋਰਾਂਟੋ ਵੱਲ, ਤੇ ਦੂਜੇ ਯੂਜ਼ਰ ਨੇ ਇਸ ਕਮੈਂਟ ਨੂੰ ਜਵਾਬ ਦਿੰਦੇ ਹੋਏ ਲਿਖਿਆ, ਇਹਦਾ ਯਾਰ ਜੋ ਉੱਥੇ ਆ। ਬਸ ਫੇਰ ਕੀ ਸੀ, ਹਿਮਾਂਸ਼ੀ ਨੇ ਵੀ ਇਹਨਾਂ ਦੋਹਾਂ ਯੂਜ਼ਰ ਦੀ ਅਕਲ ਟਿਕਾਣੇ ਲਿਆਉਂਦੇ ਹੋਏ ਲਿਖਿਆ, ਮੇਰਾ ਯਾਰ ਤੁਹਾਡਾ ਜੀਜਾ, ਸੋ ਇੱਜ਼ਤ ਨਾਲ ਕਹੋ ਜੀਜਾ ਜੀ, ਤੇ ਨਾਲ ਹੀ ਲਿਖਿਆ, ਬੋਲਣਾ ਪਹਿਲਾਂ ਆਪ ਸਿੱਖੋ ਤੇ ਦੂਜਿਆਂ ਨੂੰ ਮਤਾਂ ਬਾਅਦ 'ਚ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਮੁੰਡੇ ਨੇ ਕੁੜੀ ਨੂੰ ਇਹੋ ਜਿਹੇ ਸ਼ਬਦ ਬੋਲੇ ਹੋਣ, ਪਰ ਹਿਮਾਂਸ਼ੀ ਦੇ ਇਸ ਐਕਸ਼ਨ ਤੋਂ ਬਾਅਦ ਮੁੰਡੇ ਜ਼ਰੂਰ ਸਮਝ ਜਾਣਗੇ ਕਿ ਬੋਲਣ ਤੋਂ ਪਹਿਲਾਂ ਇੱਕ ਵਾਰ ਸੋਚਣਾ ਜ਼ਰੂਰ ਚਾਹੀਦਾ। ਫਿਲਹਾਲ ਅਜਿਹੇ ਲੋਕਾਂ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।